ਸੰਗਤ ਜੀ, ਕਈ ਭੈਣ ਭਰਾ ਕਹਿ ਦਿੰਦੇ ਨੇ ਵੀ ਅਸੀਂ ਤਾਂ ਪਾਠ ਕਰ ਕਰਕੇ, ਅਰਦਾਸਾਂ ਕਰ ਕਰਕੇ ਥੱਕ ਗਏ ਆ, ਪਰ ਸਾਡੇ ਮਨ ਦੀਆਂ ਇਸ਼ਾਵਾਂ ਪੂਰੀਆਂ ਨਹੀਂ ਹੁੰਦੀਆਂ, ਸਾਡੇ ਕੋਲੋਂ ਪਤਾ ਨਹੀਂ ਕੀ ਗਲਤੀ ਹੋ ਗਈ ਆ। ਤਾਂ ਉਹਨਾਂ ਨੂੰ ਮਹਾਂਪੁਰਖ ਜੀ ਕਹਿੰਦੇ ਨੇ ਕਿ ਭਾਈ, ਜੇਕਰ ਤੁਸੀਂ ਸੱਚਮੁੱਚ ਪਾਠ ਕਰ ਕਰਕੇ, ਅਰਦਾਸਾਂ ਕਰ ਕਰਕੇ ਥੱਕ ਗਏ ਹੋ ਨਾ, ਇੱਕ ਵਾਰ ਇਸ ਤਰੀਕੇ ਦੇ ਨਾਲ ਇਹ ਪਾਠ ਕਰਕੇ ਦੇਖੋ, ਜਾਂ ਫਿਰ ਇਸ ਸ਼ਬਦ ਦਾ ਜਾਪ ਕਰਕੇ ਦੇਖੋ, ਫਿਰ ਦੱਸਣਾ ਕਿ ਤੁਹਾਡੇ ਨਾਲ ਕੀ ਬੀਤੀ। ਕਿਉਂਕਿ ਜਦੋਂ ਹੀ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਸੱਚੇ ਮਨੋਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਨਾ, ਸਤਿਗੁਰ ਸੱਚੇ ਪਾਤਸ਼ਾਹ ਝੱਟ ਪ੍ਰਵਾਨ ਕਰ ਲੈਂਦੇ ਆ। ਸਾਡੇ ਕੋਲੋਂ ਹੀ ਕਿਤੇ ਨਾ ਕਿਤੇ ਗਲਤੀ ਰਹਿ ਜਾਂਦੀ ਆ, ਸਾਡੇ ਵਿੱਚ ਹੀ ਕੋਈ ਨਾ ਕੋਈ ਕਮੀ ਆ, ਜਿਸ ਕਰਕੇ ਸਾਡੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਨਹੀਂ ਹੋ ਰਹੀਆਂ। ਤਾਂ ਸਾਡੇ ਵਿੱਚ ਕੀ ਕਮੀ ਆ, ਸਾਡੇ ਕੋਲੋਂ ਕਿੱਥੇ ਗਲਤੀ ਰਹਿ ਜਾਂਦੀ ਆ, ਉਸ ਗਲਤੀ ਨੂੰ ਆਪਾਂ ਕਿੰਝ ਸੁਧਾਰਨਾ ਹੈ, ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਾਂਗੇ। ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ। ਜੇ ਵੀਡੀਓ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ, ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ, ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਸਾਡੇ ਕੋਲੋਂ ਕਿੱਥੇ ਗਲਤੀ ਰਹਿੰਦੀ ਆ, ਸਾਡੇ ਵਿੱਚ ਕੀ ਕਮੀ ਆ, ਜਿਸ ਕਰਕੇ ਪਾਠ ਕਰਨ ਦੇ ਬਾਵਜੂਦ, ਅਰਦਾਸ ਬੇਨਤੀ ਕਰਨ ਦੇ ਬਾਵਜੂਦ ਵੀ ਸਾਡੇ ਮਨ ਦੀਆਂ ਇਸ਼ਾਵਾਂ ਪੂਰੀਆਂ ਨਹੀਂ ਹੋ ਰਹੀਆਂ। ਤਾਂ ਮਹਾਂਪੁਰਖ ਜੀ ਕਹਿੰਦੇ ਸਭ ਤੋਂ ਵੱਡੀ ਗਲਤੀ ਸਾਡੀ ਕੀ ਆ, ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਪਿਆਰ ਨਹੀਂ ਵਪਾਰ ਕਰਦੇ ਹਾਂ, ਅਸੀਂ ਗਿਣਤੀਆਂ ਮਿਣਤੀਆਂ ਦੇ ਪਾਠ ਕਰਦੇ ਹਾਂ। ਅਸੀਂ ਜਦੋਂ ਆਪਣੇ ਗੁਰੂ ਤੋਂ ਕੋਈ ਚੀਜ਼ ਮੰਗਣੀ ਹੁੰਦੀ ਹੈ ਨਾ, ਅਸੀਂ ਇੰਝ ਮੰਗਦੇ ਹਾਂ ਵੀ ਜਿਵੇਂ ਗੁਰੂ ਸਾਹਿਬ ਜੀ ਦੇ ਉੱਤੇ ਕੋਈ ਅਹਿਸਾਨ ਕਰ ਰਹੇ ਹਾਂ। ਅਸੀਂ ਕਹਿੰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਮਨ ਦੀ ਆਹ ਇੱਛਾ ਪੂਰੀ ਕਰ ਦਿਉ, ਮੈਂ ਇੰਨੇ ਪਾਠ ਕਰਾਂਗਾ, ਸਤਿਗੁਰ ਸੱਚੇ ਪਾਤਸ਼ਾਹ ਮੇਰਾ ਆਹ ਕੰਮ ਕਰ ਦਿਉ, ਮੈਂ ਇੰਨੇ ਦਿਨ ਗੁਰੂ ਘਰ ਆਵਾਂਗਾ। ਤਾਂ ਇਹ ਕੋਈ ਮੰਗਣ ਦਾ ਢੰਗ ਨਹੀਂ ਆ। ਅਸੀਂ ਤਾਂ ਇੰਝ ਪਾਠ ਕਰਦੇ ਹਾਂ, ਇੰਝ ਗੁਰੂ ਘਰੇ ਜਾਂਦੇ ਹਾਂ ਕਿ ਜਿਵੇਂ ਸਾਡੇ ਪਾਠ ਕਰਨ ਕਰਕੇ ਜਾਂ ਸਾਡੇ ਗੁਰੂ ਘਰੇ ਜਾਣ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਤਾ ਨਹੀਂ ਕਿੰਨਾ ਕੁ ਕੰਮ ਅੜਿਆ ਹੋਵੇ। ਅਸੀਂ ਅਹਿਸਾਨ ਕਰਕੇ ਪਾਠ ਕਰਦੇ ਹਾਂ, ਇਸੇ ਕਰਕੇ ਹੀ ਸਾਡੇ ਕੀਤੇ ਹੋਏ ਪਾਠ, ਅਰਦਾਸਾਂ ਮੇਨਦੀਆਂ ਪ੍ਰਵਾਨ ਨਹੀਂ ਹੁੰਦੀਆਂ। ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਦੀ ਲੋੜ ਆ, ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਕੋਈ ਘਾਟ ਨਹੀਂ ਆ। ਅਸੀਂ ਤਾਂ ਆਪਣੇ ਸਵਾਰਥ ਕਰਕੇ ਪਾਠ ਕਰਦੇ ਹਾਂ ਨਾ, ਸਤਿਗੁਰ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਪਿਆਰੇ ਨਿਰਸਵਾਰਥ ਬਿਨਾਂ ਮਨ ਦੀਆਂ ਇਸ਼ਾਵਾਂ ਤੋਂ ਅੱਧੀ ਅੱਧੀ ਰਾਤ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਵਿੱਚ ਬੈਠ ਜਾਂਦੇ ਆ, ਪਿਆਰ ਦੇ ਨਾਲ ਯਾਦ ਕਰਦੇ ਆ, ਕੋਈ ਵਪਾਰ ਨਹੀਂ ਕਰਦੇ, ਗਿਣਤੀਆਂ ਮਿਣਤੀਆਂ ਨਹੀਂ ਦੱਸਦੇ ਵੀ ਅਸੀਂ ਇੰਨੇ ਪਾਠ ਕੀਤੇ ਆ, ਇੰਨੇ ਦਿਨ ਗੁਰੂ ਘਰੇ ਗਏ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਮੰਗਣ ਤੋਂ ਮਨਾ ਨਹੀਂ ਕੀਤਾ, ਕਿਉਂਕਿ ਜੇਕਰ ਬੱਚਾ ਆਪਣੇ ਪਿਓ ਤੋਂ ਨਹੀਂ ਮੰਗੇਗਾ ਤਾਂ ਹੋਰ ਕਿੱਥੋਂ ਮੰਗੇਗਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੂੰ ਰੋਜ਼ ਰੋਜ਼ ਜੋ ਦਿਲ ਕਰਦਾ ਹੈ ਮੰਗ, ਤੇਰੇ ਉੱਤੇ ਸਦਾ ਹੀ ਕਿਰਪਾ ਹੋਵੇਗੀ। ਪਰ ਮੰਗਣ ਦਾ ਢੰਗ ਤਾਂ ਸਿੱਖ ਲਈਏ ਕਿ ਅਸੀਂ ਮੰਗਣਾ ਕਿੰਝ ਆ। ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਗੁਰਬਾਣੀ ਦੀ ਭੇਟਾ ਹੋਵੇ, ਪਹਿਲਾਂ ਪਾਠ ਕਰੀਏ, ਫਿਰ ਸਾਡੀ ਹਿੰਮਤ ਹੋਵੇ ਕਿ ਅਸੀਂ ਗੁਰੂ ਸਾਹਿਬ ਜੀ ਦੇ ਆਹ ਅਰਦਾਸ ਬੇਨਤੀ ਰੱਖੀਏ ਕਿ ਬਾਬਾ ਜੀ ਸਾਡੀ ਆਹ ਇੱਛਾ ਪੂਰੀ ਕਰ ਦਿਉ। ਪਰ ਅਸੀਂ ਤਾਂ ਪਹਿਲਾਂ ਸ਼ਰਤ ਰੱਖਦੇ ਹਾਂ ਕਿ ਬਾਬਾ ਜੀ ਪਹਿਲਾਂ ਤੁਸੀਂ ਸਾਡੀ ਆਹ ਇੱਛਾ ਪੂਰੀ ਕਰੋ, ਫਿਰ ਮੈਂ ਇੰਨੇ ਪਾਠ ਕਰਾਂਗਾ। ਇਹ ਸਾਡੀ ਵੱਡੀ ਗਲਤੀ ਆ। ਇੱਦਾਂ ਹੀ ਨਾ ਇੱਕ ਦਿਨ ਵੀਰ ਜੀ ਨੇ ਬੜੀ ਸੋਹਣੀ ਗੱਲ ਸੁਣਾਈ ਸੀ, ਕਿਸੇ ਗੁਰਮੁਖ ਪਿਆਰੇ ਦੀ ਆਪਣੀ ਹੱਡ ਬੀਤੀ, ਜੋ
ਉਸ ਗੁਰਮੁਖ ਪਿਆਰੇ ਨੇ ਖੁਦ ਵੀਰ ਜੀ ਨੂੰ ਦੱਸੀ ਸੀ ਤੇ ਵੀਰ ਜੀ ਨੇ ਆਪਣੇ ਨਾਲ ਸਾਂਝੀ ਕੀਤੀ। ਵੀਰ ਜੀ ਕਹਿੰਦੇ ਇੱਕ ਗੁਰਮੁਖ ਪਿਆਰਾ ਉਹਨੇ ਵੀ ਆਪਣੇ ਕਿਸੇ ਮਨ ਦੀ ਇੱਛਾ ਦੇ ਲਈ ਪਾਠ ਕਰਨੇ ਸ਼ੁਰੂ ਕੀਤੇ, ਲੜੀਆਂ ਸ਼ੁਰੂ ਕੀਤੀਆਂ। ਕਹਿੰਦੇ ਬਹੁਤ ਪਾਠ ਕੀਤੇ ਪਰ ਮਨ ਦੀ ਇੱਛਾ ਪੂਰੀ ਨਾ ਹੋਈ। ਤਾਂ ਉਹ ਗੁਰਮੁਖ ਪਿਆਰਾ ਕਹਿੰਦਾ ਵੀ ਜਦੋਂ ਇੰਨੇ ਪਾਠ ਕਰਨ ਦੇ ਬਾਵਜੂਦ ਮਨ ਦੀ ਇੱਛਾ ਪੂਰੀ ਨਾ ਹੋਈ ਤਾਂ ਮਨ ਦੇ ਵਿੱਚ ਬੜਾ ਹੀ ਰੋਸ ਆਇਆ। ਕਹਿੰਦੇ ਮੈਂ ਪਾਠ ਕਰਨਾ ਛੱਡ ਦਿੱਤਾ, ਅੰਮ੍ਰਿਤ ਵੇਲੇ ਉੱਠਣਾ ਛੱਡ ਦਿੱਤਾ। ਵੀਰ ਜੀ ਕਹਿੰਦੇ ਮੈਂ ਕਿਹਾ ਫਿਰ ਕੀ ਹੋਇਆ? ਤੇ ਕਹਿੰਦੇ ਉਹ ਗੁਰਮੁਖ ਪਿਆਰਾ ਕਹਿਣ ਲੱਗਿਆ ਕਿ ਗੁਰੂ ਨਾਨਕ ਪਾਤਸ਼ਾਹ ਕਰਦੇ ਕਰਦੇ ਕਿਤੇ ਤਾਂ ਗੁਰੂ ਨਾਨਕ ਪਾਤਸ਼ਾਹ ਅੰਦਰ ਬੈਠਾ ਸੀ ਨਾ, ਇਸੇ ਕਰਕੇ ਹੁਣ ਜਿਸ ਦਿਨ ਦਾ ਅੰਮ੍ਰਿਤ ਵੇਲੇ ਉੱਠਣਾ ਛੱਡ ਦਿੱਤਾ, ਪਾਠ ਕਰਨਾ ਛੱਡ ਦਿੱਤਾ, ਹੁਣ ਅੰਦਰ ਚੈਨ ਹੀ ਨਹੀਂ ਸੀ ਆ ਰਿਹਾ। ਇਸ ਕਰਕੇ ਇੱਕ ਦਿਨ ਪਤਾ ਨਹੀਂ ਕੀ ਹੋਇਆ, ਆਪਣੇ ਆਪ ਹੀ ਗੁਟਕਾ ਸਾਹਿਬ ਫੜ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਫਿਰ ਤੋਂ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਜਦੋਂ ਪਾਠ ਕਰ ਰਿਹਾ ਸਾਂ ਤਾਂ ਮਨ ਦੇ ਵਿੱਚ ਫਿਰ ਇੱਕ ਰੋਸ, ਇੱਕ ਗਿਲਾ ਸ਼ਿਕਵਾ ਰਿਹਾ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਇੰਨੇ ਪਾਠ ਕੀਤੇ, ਤੁਸੀਂ ਬੋੜੇ ਕਿਉਂ ਨਹੀਂ, ਤੁਸੀਂ ਮੇਰੇ ਮਨ ਦੀ ਇਹ ਇੱਛਾ ਪੂਰੀ ਕਿਉਂ ਨਹੀਂ ਕੀਤੀ? ਤੇ ਕਹਿੰਦੇ ਉਹ ਗੁਰਮੁਖ ਪਿਆਰਾ ਆਪ ਦੱਸਦਾ, ਕਹਿੰਦੇ ਜਦੋਂ ਮੈਂ ਇਸ ਤਰੀਕੇ ਦੇ ਨਾਲ ਅੰਦਰੋਂ ਅੰਦਰ ਹੀ ਰੋ ਰਿਹਾ ਹਾਂ, ਨਾਲੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਸਵਾਲ ਕਰਨੇ ਆ, ਤੇ ਕਹਿੰਦੇ ਅੰਦਰੋਂ ਹੀ ਇੱਕ ਆਵਾਜ਼ ਆਈ ਕਿ ਤੂੰ ਵਪਾਰ ਕੀਤਾ, ਪਿਆਰ ਨਹੀਂ ਕੀਤਾ। ਜੇ ਪਿਆਰ ਕੀਤਾ ਹੁੰਦਾ ਤਾਂ ਫਿਰ ਇਹ ਸਵਾਲ ਆਉਣਾ ਹੀ ਨਹੀਂ ਸੀ, ਕਿਉਂਕਿ ਜਿੱਥੇ ਸਾਡਾ ਪਿਆਰ ਹੁੰਦਾ ਹੈ ਉੱਥੇ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਤੇਰੇ ਲਈ ਆਹ ਕੀਤਾ ਉਹ ਕੀਤਾ। ਅਸੀਂ ਆਪਣੇ ਗੁਰੂ ਦੇ ਨਾਲ ਇਹ ਕੰਮ ਕਰਦੇ ਹਾਂ। ਚਾਰ ਦਿਨ ਲਗਾਤਾਰ ਅੰਮ੍ਰਿਤ ਵੇਲੇ ਉੱਠ ਪਈਏ, ਚਾਰ ਦਿਨ ਲਗਾਤਾਰ ਸਵੇਰੇ ਉੱਠ ਕੇ ਪਾਠ ਕਰ ਲਈਏ ਤਾਂ ਸਾਡੇ ਮਨ ਦੇ ਵਿੱਚ ਇਹ ਹੁੰਦਾ ਵੀ ਹੁਣ ਸਤਿਗੁਰ ਸੱਚੇ ਪਾਤਸ਼ਾਹ ਨਾਲ ਦੀ ਨਾਲ ਸਾਨੂੰ ਫਲ ਦੇ ਦੇਣ, ਸਾਡੀ ਝੋਲੀ ਦੇ ਵਿੱਚ ਸਾਡੇ ਮੂੰਹੋਂ ਮੰਗੀਆਂ ਮੁਰਾਦਾਂ ਪਾ ਦੇਣ। ਅਸੀਂ ਕਾਲੇ ਪੈ ਜਾਂਦੇ ਹਾਂ, ਅਸੀਂ ਇਹ ਨਹੀਂ ਸੋਚਦੇ ਵੀ ਸਤਿਗੁਰ ਸੱਚੇ ਪਾਤਸ਼ਾਹ ਤਾਂ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਹੀ ਸਭ ਕੁਝ ਦੇਣ ਵਾਲੇ ਨੇ। ਉਹ ਅੰਤਰਜਾਮੀ ਪਾਤਸ਼ਾਹ ਸਾਡੇ ਅੰਦਰ ਦੀ ਭਾਵਨਾ ਨੂੰ ਦੇਖਦੇ ਆ, ਅਸੀਂ ਕਾਲੇ ਪੈ ਕੇ ਕੰਮ ਖਰਾਬ ਕਰ ਜਾਂਦੇ ਹਾਂ। ਜਿਸ ਦਿਨ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰੇਮ ਪਿਆਰ ਭਰੋਸੇ ਦੇ ਨਾਲ ਯਾਦ ਕਰਨਾ ਸ਼ੁਰੂ ਕਰ ਦਿੱਤਾ ਨਾ, ਮੂੰਹੋਂ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ। ਤਾਂ ਬਸ ਅੱਜ ਤੋਂ ਆਪਾਂ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਪੱਲੇ ਬੰਨਣੀ ਆ ਵੀ ਕਦੇ ਵੀ ਗਿਣਤੀਆਂ ਮਿਣਤੀਆਂ ਦੇ ਅਹਿਸਾਨ ਵਾਲੇ ਪਾਠ ਨਹੀਂ ਕਰਨੇ, ਪਿਆਰ ਵਿੱਚ ਭਿੱਜ ਕੇ ਪਾਠ ਕਰਨਾ ਹੈ। ਪਾਠ ਭਾਵੇਂ ਘੱਟ ਕਰੀਏ ਪਰ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਬੜੇ ਪਿਆਰ ਦੇ ਨਾਲ ਪਾਠ ਕਰਨਾ ਹੈ, ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕਰਨਾ ਹੈ। ਦੂਜਾ ਆਪਣਾ ਅੰਮ੍ਰਿਤ ਵੇਲੇ ਦਾ ਨੇਮ ਪੱਕਾ ਕਰੀਏ ਕਿ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ। ਬਾਕੀ ਦਿਨ ਦੇ ਵਿੱਚ ਵੀ ਆਪਾਂ ਪਾਠ ਕਰ ਸਕਦੇ ਹਾਂ, ਅਰਦਾਸ ਬੇਨਤੀ ਕਰ ਸਕਦੇ ਹਾਂ, ਕੋਈ ਮਨਾਹੀ ਨਹੀਂ ਆ, ਪਰ ਅੰਮ੍ਰਿਤ ਵੇਲੇ ਦਾ ਜਿਹੜਾ ਵੇਲਾ ਹੈ ਨਾ, ਸਭ ਤੋਂ ਸੋਹਣਾ ਵੇਲਾ, ਸਭ ਤੋਂ ਪਾਵਰਫੁਲ ਵੇਲਾ ਹੈ। ਇਸ ਵੇਲੇ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਕਦੇ ਵੀ ਖਾਲੀ ਨਹੀਂ ਜਾਂਦੀ। ਬਸ ਸਾਨੂੰ ਅਰਦਾਸ ਕਰਨੀ ਆਉਂਦੀ ਹੋਵੇ, ਅਰਦਾਸ ਸ਼ਬਦਾਂ ਦੀ ਮੋਹਤਾਜ ਨਹੀਂ ਆ, ਅਰਦਾਸ ਸਾਡੇ ਮਨ ਦੀ ਭਾਵਨਾ ਹੈ। ਗੱਲ ਫਿਰ ਉੱਥੇ ਆ ਗਈ ਵੀ ਕਦੇ ਵੀ ਗਿਣਤੀਆਂ ਮਿਣਤੀਆਂ ਦੇ ਪਾਠ ਨਹੀਂ ਕਰਨੇ, ਆਪਣੇ ਗੁਰੂ ਦੇ ਨਾਲ ਵਪਾਰ ਨਹੀਂ ਕਰਨਾ, ਪਿਆਰ ਕਰਨਾ ਹੈ, ਗੁਰੂ ਦੇ ਉੱਤੇ ਪੂਰਾ ਭਰੋਸਾ ਰੱਖਣਾ ਹੈ। ਜੇ ਅਸੀਂ ਕੋਈ ਵੀ ਚੀਜ਼ ਮੂੰਹੋਂ ਮੰਗ ਰਹੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸਾਂ ਬੇਨਤੀਆਂ ਕਰ ਰਹੇ ਹਾਂ, ਤਾਂ ਇੰਨਾ ਕੁ ਭਰੋਸਾ ਰੱਖੀਏ ਕਿ ਜੇਕਰ ਉਹ ਚੀਜ਼ ਸਾਡੇ ਲਈ ਸਹੀ ਹੋਵੇਗੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਦੇਣਗੇ। ਜੇ ਉਹ ਚੀਜ਼ ਮਿਲ ਜਾਵੇ ਤਾਂ ਮਾਲਕ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਹੈ, ਜੇਕਰ ਉਹ ਚੀਜ਼ ਨਹੀਂ ਮਿਲੀ ਤਾਂ ਉਸ ਤੋਂ ਵੀ ਵੱਧ ਕੇ ਸ਼ੁਕਰਾਨਾ ਕਰਨਾ, ਕਿਉਂਕਿ ਉਹ ਚੀਜ਼ ਸਾਡੇ ਲਈ ਸਹੀ ਨਹੀਂ ਹੋਵੇਗੀ ਤਾਂ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਨਹੀਂ ਦਿੱਤੀ। ਨਹੀਂ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਆਪਾਂ ਪਿਆਰ ਵਿੱਚ ਭਿੱਜ ਕੇ ਭਰੋਸੇ ਦੇ ਨਾਲ ਅਰਦਾਸ ਬੇਨਤੀ ਕਰੀਏ
ਅਤੇ ਸਾਡੀ ਅਰਦਾਸ ਬੇਨਤੀ ਪੂਰੀ ਨਾ ਹੋਵੇ। ਦੋ ਹੀ ਹਾਲਾਤਾਂ ਦੇ ਵਿੱਚ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ। ਪਹਿਲਾ, ਜਦੋਂ ਸਾਡਾ ਭਰੋਸਾ ਪੂਰਾ ਨਹੀਂ ਹੁੰਦਾ, ਜਦੋਂ ਸਾਡੀ ਸਿਰਫ ਰਸਨਾ ਅਰਦਾਸ ਕਰਦੀ ਆ। ਹਿਰਦੇ ਦੇ ਵਿੱਚ ਤਾਂ ਬਹੁਤ ਆਸਰੇ ਨੇ ਵੀ ਚਲੋ ਕੋਈ ਗੱਲ ਨਹੀਂ, ਇੱਥੋਂ ਗੱਲ ਨਹੀਂ ਬਣੀ, ਉੱਥੇ ਚਲੇ ਜਾਵਾਂਗੇ। ਮਹਾਂਪੁਰਖ ਜੀ ਕਹਿੰਦੇ ਜਿਸ ਬੰਦੇ ਦੇ ਆਸਰੇ ਜ਼ਿਆਦਾ ਹੁੰਦੇ ਆ ਨਾ, ਉਹ ਧੋਖਾ ਖਾ ਜਾਂਦੇ ਨੇ। ਕਿਉਂਕਿ ਜਿਸ ਬੰਦੇ ਦੇ ਆਸਰੇ ਜ਼ਿਆਦਾ ਨੇ, ਕਈ ਵਾਰ ਲੋੜ ਪੈਣ 'ਤੇ ਕੋਈ ਵੀ ਕੰਮ ਨਹੀਂ ਆਉਂਦਾ। ਪਰ ਜਿਹਦੀ ਆਸ ਉਮੀਦ ਇੱਕ 'ਤੇ ਹੋਵੇ, ਉਸ ਇੱਕ ਨੂੰ ਤਾਂ ਭਾਈ ਹਰ ਥਾਂ 'ਤੇ ਹਾਜ਼ਰ ਹੋਣਾ ਪੈਂਦਾ, ਕਿਉਂਕਿ ਉਹਨੂੰ ਇੱਕ ਨੂੰ ਵੀ ਪਤਾ ਹੁੰਦਾ ਹੈ ਕਿ ਇਹ ਮੇਰੇ ਪਿਆਰੇ ਦਾ ਮੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਆ। ਅਤੇ ਜੇਕਰ ਆਸਰਾ ਗੁਰੂ ਨਾਨਕ ਪਾਤਸ਼ਾਹ ਵਰਗਾ ਹੋਵੇ, ਗੁਰੂ ਰਾਮਦਾਸ ਪਾਤਸ਼ਾਹ ਵਰਗਾ ਹੋਵੇ, ਤਾਂ ਸਿੱਖ ਨੂੰ ਡੋਲਣ ਦੀ ਲੋੜ ਹੀ ਨਹੀਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਥੋੜ ਨਹੀਂ ਆ, ਕਿਸੇ ਚੀਜ਼ ਦੀ ਕਮੀ ਨਹੀਂ ਆ। ਕਮੀ ਸਾਡੇ ਵਿੱਚ ਆ, ਸਾਡੇ ਭਰੋਸੇ ਦੇ ਵਿੱਚ ਆ। ਜਿੱਦਣ ਸਾਡਾ ਭਰੋਸਾ ਪੱਕਾ ਹੋ ਗਿਆ, ਸਾਡੀ ਆਸ ਅਰਦਾਸ ਇੱਕ 'ਤੇ ਹੋ ਗਈ, ਮੂੰਹੋਂ ਬੋਲ ਕੇ ਕੁਝ ਮੰਗਣ ਦੀ ਲੋੜ ਨਹੀਂ ਪੈਣੀ, ਤਾਂ ਬਸ ਅੱਜ ਤੋਂ ਬਾਅਦ ਆਪਣਾ ਭਰੋਸਾ ਪੱਕਾ ਕਰਨਾ ਹੈ। ਭਰੋਸੇ ਦੇ ਨਾਲ ਬਾਣੀ ਪੜ੍ਹਨੀ ਆ, ਪਿਆਰ ਦੇ ਵਿੱਚ ਭਿੱਜ ਕੇ ਗੁਰਬਾਣੀ ਦਾ ਪਾਠ ਕਰਨਾ ਹੈ, ਆਪਣੇ ਗੁਰੂ ਨੂੰ ਯਾਦ ਕਰਨਾ ਹੈ। ਜੇ ਗੁਰੂ ਘਰੇ ਜਾਂਦੇ ਹਾਂ ਨਾ, ਤਾਂ ਵੀ ਪੂਰੇ ਭਰੋਸੇ ਦੇ ਨਾਲ, ਪਿਆਰ ਦੇ ਨਾਲ ਸੇਵਾ ਕਰਨੀ ਆ। ਗਿਣਤੀਆਂ ਮਿਣਤੀਆਂ ਦੇ ਪਾਠ ਨਹੀਂ ਕਰਨੇ, ਗਿਣਤੀਆਂ ਮਿਣਤੀਆਂ ਦੀ ਸੇਵਾ ਨਹੀਂ ਕਰਨੀ। ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਹਿਣਾ ਹੈ, ਏਕ ਤੂੰ ਤਾਂ ਸਭ ਕੁਝ ਹੈ, ਤੁਝ ਬਿਨ ਕਵਣ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਅਧਾਰਾ। ਇਹ ਪੰਕਤੀਆਂ ਸਿਰਫ ਰਸਨਾ ਤੋਂ ਨਹੀਂ ਨਿਕਲਣੀਆਂ ਚਾਹੀਦੀਆਂ, ਇਹ ਪੰਕਤੀਆਂ ਸਿਰਫ ਬੋਲਣ ਵਾਸਤੇ ਨਹੀਂ ਆ, ਇਹਨਾਂ ਬੋਲਾਂ ਦੇ ਉੱਤੇ ਆਪਾਂ ਆਪਣੀ ਜ਼ਿੰਦਗੀ ਨੂੰ ਮਾਨਣਾ ਹੈ। ਮੇਰੇ ਪ੍ਰਾਣਾਂ ਦੇ ਆਧਾਰ ਮੇਰੇ ਪ੍ਰੀਤਮ, ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ ਆ। ਜਦੋਂ ਇੰਜ ਕਹਿ ਕੇ ਅਰਦਾਸ ਬੇਨਤੀ ਕਰਾਂਗੇ ਨਾ, ਅਤੇ ਇਹ ਭਾਵਨਾ ਰੱਖ ਕੇ ਗੁਰਬਾਣੀ ਦਾ ਪਾਠ ਕਰਾਂਗੇ, ਉੱਥੇ ਗੁਰਬਾਣੀ ਦਾ ਪਾਠ ਜਿਹੜਾ ਮਰਜ਼ੀ ਕਰ ਲਈਏ, ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਲਓ, ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਓ, ਮੂਲ ਮੰਤਰ ਜੀ ਦਾ ਜਾਪ ਕਰ ਲਓ, 5 ਮਿੰਟ ਕਰ ਲਓ, ਭਾਵੇਂ 50 ਮਿੰਟ ਕਰ ਲਓ, ਜੇ ਸਾਡਾ ਭਰੋਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਪੂਰਾ ਹੈ, ਜੇ ਅਸੀਂ ਪਿਆਰ ਦੇ ਵਿੱਚ ਭਿੱਜ ਕੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਪੜ੍ਹ ਰਹੇ ਹਾਂ ਨਾ, ਸਤਿਗੁਰੂ ਸੱਚੇ ਪਾਤਸ਼ਾਹ ਪ੍ਰਤੱਖ ਵਰਤਦੇ ਹਨ।